सत श्री अकाल, मैं रीना तिमान। तुसी देख रहे हो डी फाइव चैनल पंजाबी ते खबर। कैनेडा दे इमीग्रेशन दे नाल जुड़ी हुई सामने आ रही है। दस दिए कि कैनेडा 2023 दे लई एक्सप्रेस एंट्री ड्रा आयोजित करन जा रही है। की है पूरा मामला, देखो एक खास रिपोर्ट। कैनेडा 2023 दे शुरू दे विच निशाना एक्सप्रेस एंट्री ड्रा आयोजित करन दी योजना बना रहा है। आईआरसीसी अगले साल दी पहली तिमाही दे विच एक्सप्रेस एंट्री सुधारा नूं लागू करन दी उम्मीद करदा है। इमीग्रेशन रिफ्यूजेज एंड सिटीजनशिप कैनेडा की पहली तिमाही दी विच लेबर मार्केट टीचियां दे आधार ते उम्मीदवारां लई एक्सप्रेस एंट्री ड्रा शुरू करन दी योजना बना रहा है। आईआरसीसी ने सीआईसी न्यूज़ ने एक ईमेल दे विच कहा, विभाग कानून द्वारा लोड़ींदे एक्सप्रेस एंट्री दे विच नवीं श्रेणी नूं सूचित करन लई हिस्सेदारां दी एक विशाल श्रेणी नाल सलाह करन दी योजना बना रहा है अते 2023 दी पहली तिमाही दे विच तकनीकी लागू करन दी तैयारी कर रहा है। हाल दे विच पास कीता बिल C-19 इमीग्रेशन मंत्री नूं खेतरी आर्थिक लोड़ां दा समर्थन करन वाले मापदंडां दे आधार ते एक्सप्रेस एंट्री उम्मीदवारां नूं सद्दा देण दी इजाजत दिंदा है। ਇਹ ਆਈਆਰਸੀਸੀ ਨੂੰ ਉਮੀਦਵਾਰ ਦੇ ਕਿੱਤੇ ਭਾਸ਼ਾ ਜਾਂ ਵਿਦਿਅਕ ਪ੍ਰਾਪਤੀ ਦੇ ਆਧਾਰ ਤੇ ਐਕਸਪ੍ਰੈਸ ਐਂਟਰੀ ਸੱਦਾ ਦੌਰ ਆਯੋਜਿਤ ਕਰਨ ਦੀ ਇਜਾਜ਼ਤ ਦਿੰਦਾ ਹੈ। ਉਦਾਹਰਣ ਲਈ ਉਹਨਾਂ ਦੇ ਵਿਆਪਕ ਰੈਂਕਿੰਗ ਸਿਸਟਮ ਸਕੋਰ ਦੀ ਬਜਾਏ। ਨਵਾਂ ਕਾਨੂੰਨ ਇਹ ਵੀ ਕਹਿੰਦਾ ਕਿ ਮੰਤਰੀ ਨੂੰ ਜਨਤਕ ਸਲਾਹ ਮਸ਼ਵਰੇ ਦੀ ਪ੍ਰਕਿਰਿਆ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਅਤੇ ਆਰਥਿਕ ਟੀਚਿਆਂ ਸਮੇਤ ਡਰਾ ਦੇ ਵੇਰਵਿਆਂ ਦੀ ਸਾਲਾਨਾ ਸੰਸਦ ਨੂੰ ਰਿਪੋਰਟ ਕਰਨੀ ਚਾਹੀਦੀ ਹੈ। ਇਮੀਗ੍ਰੇਸ਼ਨ ਮੰਤਰੀ ਸੀਨ ਫਰੈਜ਼ਰ ਨੇ ਇੱਕ ਤਾਜ਼ਾ ਸੀਆਈਸੀ ਨਿਊਜ਼ ਇੰਟਰਵਿਊ ਦੇ ਵਿੱਚ ਸਮਝਾਇਆ ਕਿ ਐਕਸਪ੍ਰੈਸ ਐਂਟਰੀ ਸਿਸਟਮ ਸੋਧਾਂ ਤੋਂ ਬਿਨਾਂ ਆਈਆਰਸੀਸੀ ਨੂੰ ਇਨ ਡਿਮਾਂਡ ਹੁਨਰ ਜਾਂ ਯੋਗਤਾਵਾਂ ਨੂੰ ਪੂਰਾ ਕਰਨ ਲਈ ਅਰਜ਼ੀ ਦੇਣ ਦੇ ਸੱਦੇ ਨੂੰ ਤਿਆਰ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਜੇਕਰ ਤੁਸੀਂ ਅਜਿਹੀ ਸਥਿਤੀ ਦੇ ਵਿੱਚ ਹੋ ਜਿੱਥੇ ਤੁਹਾਡੇ ਕੋਲ ਬਹੁਤ ਸਾਰੀਆਂ ਐਪਲੀਕੇਸ਼ਨ ਨੇ ਜੋ ਸਾਰੀਆਂ ਇੱਕ ਖਾਸ ਸੈਕਟਰ ਦੇ ਵਿੱਚ ਨੇ ਅਤੇ ਉਸ ਸੈਕਟਰ ਨੂੰ ਕੈਨੇਡਾ ਦੇ ਵਿੱਚ ਉੱਚ ਲੋੜਾਂ ਨਹੀਂ, ਜਿਵੇਂ ਕਿ ਇਹ ਅੱਜ ਮੌਜੂਦ ਹੈ, ਐਕਸਪ੍ਰੈਸ ਐਂਟਰੀ ਸਿਸਟਮ ਦੀ ਸੰਭਾਵਨਾ ਹੈ ਕਿ ਇਹ ਲੋਕਾਂ ਨੂੰ ਲਿਆਵੇਗਾ। ਕੈਨੇਡੀਅਨ ਆਰਥਿਕਤਾ ਦੀਆਂ ਲੋੜਾਂ ਨਾਲ ਪੂਰੀ ਤਰ੍ਹਾਂ ਮੇਲ ਨਹੀਂ ਖਾਂਦਾ ਹੋ ਸਕਦਾ। ਆਈਆਰਸੀਸੀ ਨੇ ਮਹਾਮਾਰੀ ਦੌਰਾਨ ਦਿਖਾਇਆ ਕਿ ਉਹ ਜਿੰਨੇ ਚਾਹੇ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਜਿੰਨੇ ਚਾਹੇ ਉਮੀਦਵਾਰਾਂ ਨੂੰ ਸੱਦਾ ਦੇ ਸਕਦਾ ਹੈ, ਜਿਵੇਂ ਕਿ ਅਸੀਂ ਮਹਾਮਾਰੀ ਦੌਰਾਨ ਦੇਖਿਆ ਕਿ ਇੱਕ ਪ੍ਰਮੁੱਖ ਉਦਾਹਰਣ 13 ਫਰਵਰੀ 2021 ਨੂੰ ਵਾਪਰੀ, ਜਦੋਂ ਕੈਨੇਡਾ ਨੇ 27,000 ਤੋਂ ਵੱਧ ਸੱਦਿਆਂ ਦੀ ਨੁਮਾਇੰਦਗੀ ਕਰਦੇ ਹੋਏ ਪੁਲ ਦੇ ਵਿੱਚ ਹਰੇਕ ਕੈਨੇਡੀਅਨ ਅਨੁਭਵ ਕਲਾਸ ਉਮੀਦਵਾਰ ਨੂੰ ਸੱਦਾ ਦਿੱਤਾ ਹੈ। ਉਸ ਸਮੇਂ ਦੇ ਕਾਨੂੰਨ ਦੇ ਨਾਲ ਆਈਆਰਸੀਸੀ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਸੱਦਾ ਦੇਣ ਲਈ COVID-19 ਯਾਤਰਾ ਪਾਬੰਦੀਆਂ ਦੇ ਵਿਚਕਾਰ ਆਪਣੀ ਰਣਨੀਤੀ ਨੂੰ ਬਦਲਣ ਦੇ ਯੋਗ ਸੀ, ਜਿਸ ਦੇ ਆਧਾਰ ਤੇ ਉਹ ਕਿਸ ਪ੍ਰੋਗਰਾਮ ਲਈ ਯੋਗ ਸਨ। ਸ਼ੁਰੂ ਦੇ ਵਿੱਚ ਇਹ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਨਿਸ਼ਾਨਾ ਬਣਾਉਣ ਲਈ ਕੀਤਾ ਗਿਆ ਸੀ, ਜੋ 2 ਪ੍ਰੋਗਰਾਮਾਂ ਦੇ ਵਿੱਚ ਕਿਸੇ ਇੱਕ ਲਈ ਯੋਗ ਸਨ। ਸੀਏਸੀ, ਕਿਉਂਕਿ ਇਹ ਉਮੀਦਵਾਰ ਪਹਿਲਾਂ ਤੋਂ ਹੀ ਕੈਨੇਡਾ ਦੇ ਵਿੱਚ ਸਨ ਅਤੇ ਇਸ ਲਈ ਯਾਤਰਾ ਪਾਬੰਦੀਆਂ ਦੇ ਅਧੀਨ ਨਹੀਂ ਸਨ, ਜਾਂ ਉਹ ਜਿਹੜੇ ਪ੍ਰੋਵਿਸ਼ਨ ਨਾਮਜ਼ਦ ਪ੍ਰੋਗਰਾਮ ਤੋਂ ਨਾਮਜ਼ਦ ਸਨ। ਹਾਲਾਂਕਿ ਬਿੱਲ C-19 ਨੂੰ ਸ਼ਾਹੀ ਮਨਜ਼ੂਰੀ ਮਿਲਣ ਤੋਂ ਪਹਿਲਾਂ ਆਈਆਰਸੀਸੀ ਉਮੀਦਵਾਰ ਦੇ ਕਿੱਤੇ, ਭਾਸ਼ਾ ਦੀ ਯੋਗਤਾ ਜਾਂ ਸਿੱਖਿਆ ਪ੍ਰਮਾਣ ਪੱਤਰ ਦੇ ਆਧਾਰ ਤੇ ਪੁਲ ਦੇ ਵਿੱਚ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਨਿਸ਼ਾਨਾ ਬਣਾਉਣ ਦੇ ਯੋਗ ਨਹੀਂ ਸੀ। ਹਾਲਾਂਕਿ PNP ਦੇ ਕੋਲ ਵਧੇਰੇ ਖਾਸ ਮਾਪਦੰਡ ਨੇ ਜੋ ਉਹਨਾਂ ਨੂੰ ਯੋਗ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਸੱਦਾ ਦੇਣ ਦੀ ਇਜਾਜ਼ਤ ਦਿੰਦੇ ਨੇ। ਸਿਸਟਮ ਦੇ ਵਿੱਚ ਆਪਣੇ ਆਪ ਵਿੱਚ ਅਜਿਹੀ ਕੋਈ ਵਿਧੀ ਨਹੀਂ ਹੈ। ਇੱਕ PNP ਪ੍ਰਾਪਤ ਕਰਨ ਲਈ ਅਤੇ ਇਸ ਲਈ ਇੱਕ ਖੇਤਰੀ ਲੋੜ ਦਾ ਸਮਰਥਨ ਕਰਨ ਲਈ PNP ਉਮੀਦਵਾਰਾਂ ਨੂੰ ਇੱਕ ਸੂਬਾਈ ਜਾਂ ਖੇਤਰੀ ਅਥਾਰਟੀ ਨਾਲ ਇੱਕ ਵੱਖਰੀ ਅਰਜ਼ੀ ਪ੍ਰਕਿਰਿਆ ਨੂੰ ਪੂਰੀ ਕਰਨੀ ਪੈਂਦੀ ਹੈ। ਫਰੈਜ਼ਰ ਨੇ ਪਹਿਲਾਂ CIC ਨਿਊਜ਼ ਨੂੰ ਦੱਸਿਆ ਸੀ ਕਿ ਟੀਚਾ ਨਵੇਂ ਆਏ ਲੋਕਾਂ ਨੂੰ ਉਹਨਾਂ ਭਾਈਚਾਰਿਆਂ ਦੇ ਵਿੱਚ ਸਫਲਤਾ ਲਈ ਸੈੱਟ ਕਰਨਾ ਜਿੱਥੇ ਉਹ ਰਹਿਣ ਜਾ ਰਹੇ ਨੇ। ਮੰਤਰੀ ਨੂੰ ਸੂਬਿਆਂ ਤੇ ਪ੍ਰਦੇਸ਼ਾਂ, ਉਦਯੋਗਾਂ, ਯੂਨੀਅਨ, ਰੁਜ਼ਗਾਰਦਾਤਾਵਾਂ, ਵਰਕਰਾਂ, ਵਰਕਰ ਐਡਵੋਕੇਸੀ ਗਰੁੱਪਾਂ, ਬੰਦੋਬਸਤ ਪ੍ਰਦਾਤਾ ਸੰਸਥਾਵਾਂ ਤੇ ਇਮੀਗ੍ਰੇਸ਼ਨ ਖੋਜਕਰਤਾਵਾਂ ਤੇ ਪ੍ਰੈਕਟੀਸ਼ਨਰਾਂ ਸਮੇਤ ਸਕੈਟ ਹੋਲਡਰਾਂ ਦੇ ਨਾਲ ਇੱਕ ਜਨਤਕ ਸਲਾਹ ਮਸ਼ਵਰੇ ਦੀ ਪ੍ਰਕਿਰਿਆ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਤਾਂ ਜੋ ਜਾਣਕਾਰੀ, ਸਲਾਹ ਅਤੇ ਸਿਫਾਰਸ਼ਾਂ ਪ੍ਰਾਪਤ ਕੀਤੀਆਂ ਜਾ ਸਕਣ। ਲੇਬਰ ਬਾਜ਼ਾਰ ਦੀਆਂ ਸਥਿਤੀਆਂ, ਜਿਸ ਵਿੱਚ ਕਿੱਤਿਆਂ ਨੂੰ ਘਾਟ ਦੀਆਂ ਸਥਿਤੀਆਂ ਦਾ ਸਾਹਮਣਾ ਕਰਨ ਦੀ ਉਮੀਦ ਹੈ ਅਤੇ ਨਾਲ ਹੀ ਕਿ ਆਰਥਿਕ ਟੀਚਿਆਂ ਨੂੰ ਪੂਰਾ ਕਰਨ ਲਈ ਸ਼੍ਰੇਣੀਆਂ ਕਿਵੇਂ ਬਣਾਈਆਂ ਜਾ ਸਕਦੀਆਂ ਨੇ। ਬਿਊਰੋ ਰਿਪੋਰਟ, D5 ਚੈਨਲ ਪੰਜਾਬੀ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com D5 ਚੈਨਲ ਪੰਜਾਬੀ। ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।